ਕੇਂਦਰ ਸਰਕਾਰ ਵੱਲੋਂ ਕਿਸਾਨੀ ਦੇ ਸੰਬੰਧ ਵਿੱਚ ਪਾਸ ਕੀਤੇ ਗਏ ਆਰਡੀਨੈਂਸ ਦੇ ਸੰਬੰਧ ਵਿੱਚ ਜੋ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿੱਚ ਜੋ ਧਰਨਾ ਲਗਾਇਆ ਜਾ ਰਿਹਾ ਹੈ ਉਸ ਨੂੰ ਲੈ ਕੇ ਬਾਜ਼ਾਰਾਂ ਵਿੱਚ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਚਿਹਰੇ ਤੇ ਮਾਯੂਸੀ ਤੇ ਬਾਜ਼ਾਰ ਵਿੱਚ ਸੰਨਾਟਾ ਆਮ ਦੇਖਣ ਨੂੰ ਮਿਲ ਰਿਹਾ ਹੈ ਇਸ ਨੂੰ ਲੈ ਕੇ ਜਦੋਂ ਦੁਕਾਨਦਾਰਾਂ ਨੂੰ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸਿਰਾਂ ਤੇ ਹੀ ਸਾਡਾ ਇਹ ਕਾਰੋਬਾਰ ਚੱਲਦਾ ਹੈ ਤੇ ਕਿਸਾਨਾਂ ਦੇ ਦਿੱਲੀ ਜਾਣ ਨਾਲ ਸਾਡਾ ਕਾਰੋਬਾਰ ਠੱਪ ਹੋਇਆ ਪਿਆ ਹੈ ਜਿਸ ਕਰਕੇ ਸਾਨੂੰ ਲੇਬਰ ਦੇ ਪੈਸੇ ਦੇਣੇ ਤੇ ਆਮ ਖਰਚੇ ਚਲਾਉਣੇ ਬਹੁਤ ਮੁਸ਼ਕਿਲ ਹੋਏ ਪਏ ਹਨ ਜੇਕਰ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਜਲਦੀ ਫੈਸਲਾ ਨਾ ਦਿੱਤਾ ਗਿਆ ਅਤੇ ਕਿਸਾਨਾਂ ਵੱਲੋਂ ਸੰਘਰਸ਼ ਲੰਬੇ ਸਮੇਂ ਲਈ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵਿੱਤੀ ਤੌਰ ਤੇ ਪੂਰੇ ਖਾਲੀ ਹੋ ਜਾਵਾਂਗੇ ਤੇ ਸਾਡੇ ਕੋਲ ਖਾਣ ਪੀਣ ਨੂੰ ਕੁਝ ਨਹੀਂ ਰਹੇਗਾ ਤੇ ਸਾਨੂੰ ਮਜਬੂਰ ਜ਼ਿੰਦਗੀ ਲੰਘਾਉਣ ਲਈ ਜੋ ਖਰਚਾ ਚਾਹੀਦਾ ਹੈ ਉਸ ਨੂੰ ਜੁਟਾਉਣ ਵਿੱਚ ਅਸੀਂ ਪੂਰਨ ਤੌਰ ਤੇ ਅਸਮਰਥ ਹੋ ਜਾਵਾਂਗੇ ਸਰਕਾਰ ਦੀ ਮਨਮਾਨੀ ਅਤੇ ਤਾਨਾਸ਼ਾਹੀ ਪਾਲਿਸੀਆਂ ਕਰਕੇ ਹੀ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਆਪਣਾ ਸਭ ਵੇਚ ਦਿੰਦੇ ਹਨ ਜੋ ਸਰਕਾਰ ਨੂੰ ਮੰਗ ਸੋ ਸਰਕਾਰ ਨੂੰ ਮੰਗ ਹੈ ਕਿ ਕਿਰਪਾ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਸਾਡੇ ਵਪਾਰ ਮੁੜ ਬਹਾਲ ਹੋ ਸਕਣ ਮੇਰਾ ਨਾਮ ਦੀਪਕ ਕੁਮਾਰ ਹੈ ਜੀ ਮੈਂ ਸਰਕਾਰ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਕਿਉਂਕਿ ਹੁਣ ਮੋਦੀ ਸਰਕਾਰ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਬੜਾ ਹੀ ਦੁਖੀ ਕੀਤਾ ਹੋਇਆ ਅਤੇ ਉਹ ਕਿਸਾਨ ਸਾਡੀਆਂ ਛੋਟੀਆਂ ਮੰਡੀਆਂ 'ਚੋਂ ਹੀ ਗਏ ਹੋਏ ਨੇ ਅਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਮੋਦੀ ਸਰਕਾਰ ਨੂੰ ਜੋ ਕਿ ਕਾਲੇ ਧੰਦੇ ਇਹਨਾਂ ਨੂੰ ਬੰਦ ਕਰਕੇ ਅਤੇ ਆਪਣੇ ਸਹੀ ਰਾਸਤੇ 'ਤੇ ਆ ਕੇ ਕਿਸਾਨਾਂ ਨੂੰ ਇਨਸਾਫ ਦੇਣ ਅਤੇ ਉਹਨਾਂ ਨੂੰ ਆਪਣੇ ਆਪਣੇ ਘਰ 'ਤੇ ਘਰ ਪਹੁੰਚਣ ਦੀ ਪ੍ਰਦਾਨ ਉਹਨਾਂ ਨੂੰ ਘਰ ਨੂੰ ਅਤੇ ਉਹਨਾਂ ਨੂੰ ਆਪਣੇ ਸਹੀ ਤਰੀਕੇ ਨਾਲ ਉਹਨਾਂ ਦੇ ਘਰ ਤੱਕ ਪਹੁੰਚਦੇ ਕਰਨ ਅਤੇ ਉਹਨਾਂ ਕਰਕੇ ਸਾਨੂੰ ਗਰੀਬਾਂ ਨੂੰ ਜਿਹੜਾ ਕਿ ਸਾਡਾ 100% ਕੰਮ ਸੀ ਉਹਨਾਂ ਕਿਸਾਨਾਂ ਦੇ ਕਰਕੇ ਸਾਡਾ 20% ਕੰਮ ਰਹਿ ਚੁੱਕਿਆ ਜੀ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਨੂੰ ਵੀ ਉਹਨਾਂ ਕਿਸਾਨਾਂ ਨੂੰ ਆਪੋ ਆਪਣੇ ਘਰਾਂ ਨੂੰ ਪਿੰਡਾਂ ਨੂੰ ਭੇਜਿਆ ਜਾਵੇ ਅਤੇ ਸਾਡੇ ਵਰਗੇ ਗਰੀਬਾਂ ਦਾ ਕੰਮ ਚੱਲੇ ਜੋ ਕਿ ਅਸੀਂ ਬੜਾ ਹੀ ਨੁਕਸਾਨ ਝੱਲ ਰਹੇ ਹਾਂ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਪਹਿਲਾਂ ਸਾਨੂੰ ਕੋਰੋਨਾ ਦੀ ਮਾਰ ਪੈ ਗਈ ਉਦੋਂ ਨਹੀਂ ਅਸੀਂ ਬਹਾਲ ਹੋ ਸਕੇ ਸਾਡੇ ਕਾਰੋਬਾਰ ਠੱਪ ਹੋ ਗਏ ਹੋਣਾ ਰਹਿੰਦਾ ਪੂਰਾ ਮੋਦੀ ਨੇ 3 ਕਾਨੂੰਨ ਪਾਸ ਕੀਤੇ ਨੇ ਜੋ ਜੱਟਾਂ ਵਾਸਤੇ ਬਹੁਤ ਹੀ ਮਾੜੇ ਨੇ ਜੇ ਅਗਰ ਜੱਟ ਨਾ ਰਹੂਗਾ ਤਾਂ ਕੋਈ ਜ਼ਿਮੀਂਦਾਰ ਕੋਈ ਕਾਰੋਬਾਰੀ ਕੋਈ ਮਿਸਤਰੀ ਕੋਈ ਮਜ਼ਦੂਰ ਸਭ ਰੋਟੀ ਤੋਂ ਮਹਿਤਾਜ ਹੋ ਜਾਣਗੇ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਇਹ ਆਪਣੇ 3 ਕਾਨੂੰਨ ਵਾਪਸ ਲੈ ਕੇ ਲੋਕਾਂ ਨੂੰ ਬਹਾਲ ਕਰਨ ਇੱਕ ਲੋਕਾਂ ਨੇ ਰਾਜਾ ਚੁਣਿਆ ਜੇ ਰਾਜਾ ਹੀ ਲੋਕਾਂ ਉੱਤੇ ਜ਼ੁਲਮ ਕਰਨ ਲੱਗ ਜਾਏ ਤਾਂ ਫਿਰ ਉਹ ਰਾਜਾ ਨਹੀਂ ਕਹਿਲਾਇਆ ਜਾਂਦਾ ਉਦੋਂ ਵੱਡਾ ਮਾੜਾ ਬੰਦਾ ਹੋਰ ਕੌਣ ਹੋ ਸਕਦਾ ਹੈ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਆਪਣੇ 3 ਕਾਨੂੰਨ ਵਾਪਸ ਲੈ ਕੇ ਲੋਕਾਂ ਨੂੰ ਬਹਾਲ ਕਰਨ ਕਿਉਂਕਿ ਸਰਦੀ ਇੰਨੀ ਜ਼ਿਆਦਾ ਹੈ ਇੰਨੀ ਸਰਦੀ ਦੇ ਵਿੱਚ ਜ਼ਿਮੀਂਦਾਰ ਆਪਣੇ ਘਰ ਬਾਰ ਛੱਡ ਕੇ ਦਿੱਲੀ ਧਰਨਿਆਂ ਉੱਤੇ ਬੈਠੇ ਨੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਨੇ ਬਾਜ਼ਾਰਾਂ ਦੇ ਵਿੱਚ ਕੋਈ ਆ ਨਹੀਂ ਰਿਹਾ ਕਾਰੋਬਾਰ ਚੱਲ ਨਹੀਂ ਰਹੇ ਜੇ ਅਗਰ ਇੱਕ ਪੇੜ ਹੀ ਖਰਾਬ ਹੋ ਜਾਵੇ ਜਾਂ ਪੇੜ ਨੂੰ ਕੱਟ ਦਿੱਤਾ ਜਾਵੇ ਤਾਂ ਉਹ ਪੇੜ ਦੇ ਨਾਲ ਸਾਰੀਆਂ ਸਾਖਾਂ ਸੁੱਕ ਜਾਂਦੀਆਂ ਨੇ ਜੇ ਅਗਰ ਪੇੜ ਹਰਾ ਭਰਾ ਰਹੂਗਾ ਤਾਂ ਸਾਰਾ ਕੁਝ ਕਾਰੋਬਾਰ ਵਧੀਆ ਚੱਲਦਾ ਰਹੂਗਾ ਅਸੀਂ ਚਾਹੁੰਦੇ ਹਾਂ ਕਿ ਜ਼ਿਮੀਂਦਾਰ ਬਹਾਲ ਹੋਵੇ ਤਾਂ ਉਸ ਦੇ ਨਾਲ ਅਸੀਂ ਵੀ ਬਹਾਲ ਹੋਵਾਂਗੇ ਇਸ ਟਾਈਮ ਸਾਡਾ ਵਧੀਆ ਸੀਜ਼ਨ ਲੱਗਦਾ ਸੀ ਕਾਰੋਬਾਰ ਵਧੀਆ ਚੱਲਦੇ ਸੀ 2 ਟਾਈਮ ਦੀ ਰੋਟੀ ਵਧੀਆ ਖਾਂਦੇ ਸੀ ਪਰ ਹੁਣ ਜਿੱਦੀ ਕਿਸਾਨ ਬੈਠੇ ਨੇ ਅਸੀਂ ਉਹਨਾਂ ਦੇ ਕਾਰਨ ਅੱਜ ਰੁੱਖ ਤੋਂ ਵੀ ਮਹਿਤਾਜ ਹੋਏ ਬੈਠੇ ਹਾਂ ਸਾਰੇ ਕਾਰੋਬਾਰ ਅਸੀਂ ਠੱਪ ਹੋਏ ਪਏ ਨੇ ਅਸੀਂ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਇਹ ਆਪਣੇ 3 ਕਾਨੂੰਨ ਵਾਪਸ ਲੈ ਕੇ ਜੱਟਾਂ ਨੂੰ ਬਹਾਲ ਕਰੇ ਜੇ ਜ਼ਿਮੀਂਦਾਰ ਬਹਾਲ ਹੈ ਤਾਂ ਅਸੀਂ ਆਪ ਬਹਾਲ ਹਾਂ ਅਸੀਂ ਰੋਟੀ ਤੋਂ ਮਹਿਤਾਜ ਹਾਂ ਅੱਜ ਦੇ ਟਾਈਮ 'ਚ ਮੋਦੀ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਕਿ ਆਪਣੇ 3 ਕਾਨੂੰਨ ਵਾਪਸ ਲੈ ਕੇ ਜ਼ਿਮੀਂਦਾਰਾਂ ਨੂੰ ਖੁਸ਼ੀ ਖੁਸ਼ੀ ਘਰ ਭੇਜੇ ਅਤੇ ਆਪਣਾ ਫਰਜ਼ ਅਦਾ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੰਜਾਬ ਦੇ ਉੱਤੇ ਇਹੋ ਜਿਹਾ ਸੰਕਟ ਨਾ ਆਵੇ ਉਹਦੇ ਅਸੀਂ ਬੇਨਤੀ ਕਰਦੇ ਹਾਂ ਕਿ ਮੋਦੀ ਸਰਕਾਰ ਆਪਣੇ ਇਸ ਕਾਨੂੰਨਾਂ ਨੂੰ ਵਾਪਸ ਲੈ ਕੇ ਲੋਕਾਂ ਨੂੰ ਬਹਾਲ ਕਰਨ ਆਪੋ ਆਪਣੇ ਘਰ ਸੁੱਖ ਸ਼ਾਂਤੀ ਨਾਲ ਭੇਜੂਗਾ